ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ, ਲੋਕਾਂ ਨੇ ਸਾਨੂੰ ਕਿਸੇ ਆਸ ਨਾਲ ਚੁਣਿਆ। ਜੇ ਅਸੀਂ ਉਹਨਾਂ ਦੇ ਕਿਸੇ ਕੰਮ ਇੱਕ ਲਾਈਟ ਤੱਕ ਜਾਂ ਕੋਈ ਨੋਰਮਲ ਕੰਮ ਨਹੀਂ ਕਰਵਾ ਸਕਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੋਈ ਪਾਰਟੀ 'ਚ ਰਹਿਣ ਦਾ ਕੋਈ ਫਾਇਦਾ ਸੀ। ਤੁਸੀਂ ਖੁਦ ਭਾਜਪਾ ਦੇ ਵਿੱਚ ਸੀਗੇ, ਮੇਅਰ ਵੀ ਤੁਹਾਡਾ, ਲੀਡਰਸ਼ਿਪ ਸਮੁੱਚੀ ਤੁਹਾਡੀ? ਇਹ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਆ ਵੀ ਮੇਅਰ ਸਾਹਿਬ ਦਾ ਕੀ ਹਾਲ ਆ ਜੀ। ਉਹਨਾਂ ਦੇ ਆਪਣੇ ਵਾਰਡ ਦੀ ਲਾਈਟ ਖਰਾਬ, ਉਹਦੇ ਇੰਟਰਸਟ ਨਹੀਂ ਲੈਂਦੇ ਸਹੀ ਕਰਾਉਣ ਲਈ। ਸਾਡੇ ਸ਼ਹਿਰ ਦਾ ਵਾਰਡ ਦਾ ਕੀ ਡਿਵੈਲਪਮੈਂਟ ਕਰਾਉਣੀ ਆ ਜੀ? ਤੁਹਾਡੇ ਨਾਲ ਇੱਕ ਤੀਜਾ ਸਾਥੀ ਵੀ ਸੀ, ਗੁਰਦੀਪ ਦੀਪਾ, ਉਹ ਕਿਉਂ ਨਹੀਂ ਤੁਹਾਡੇ ਨਾਲ ਸ਼ਾਮਿਲ ਹੋਇਆ? ਜਾਂ ਕੋਈ ਵਿਚਲਾ ਰਾਜ ਆ ਜਿਹੜਾ ਅੱਜ ਉਹ ਇਕੱਲਾ ਘਰ ਬੈਠਾ ਤੁਸੀਂ ਕਾਂਗਰਸ ਵਿੱਚ ਆ ਗਏ? ਨਹੀਂ, ਕੋਈ ਰਾਜ ਨਹੀਂ। ਇਹ ਤਾਂ ਹਰ ਇੱਕ ਬੰਦੇ ਦਾ ਆਪਣਾ ਰਾਈਟ ਆ ਸੋਚਣ ਦਾ, ਉਹਨੂੰ ਆਪਣੇ ਵਾਰਡ ਦਾ ਸੋਚਣ ਦਾ ਜਾਂ ਉਹਦੇ ਬਾਰੇ ਸੋਚਣ ਦਾ। ਸਾਨੂੰ ਲੱਗਾ ਵੀ ਸਾਨੂੰ ਹੁਣ ਜਿਹੜੀ ਆ ਪਾਰਟੀ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ। ਅੱਜ ਉਹੀ ਵਿੱਕੀ ਸੂਦ ਆ ਅਤੇ ਭਾਜਪਾ ਦੀ ਕੇਂਦਰ 'ਚ ਸਰਕਾਰ ਆ, ਪਰ ਵਿੱਕੀ ਸੂਦ ਅੱਜ ਕਾਂਗਰਸ ਦੇ ਵਿੱਚ ਸ਼ਾਮਿਲ ਆ, ਕੀ ਕਾਰਨ? ਬੜੇ ਦੁਖੀ ਹੋ ਕੇ ਮੈਂ ਪਾਰਟੀ ਨੂੰ ਛੱਡਿਆ, ਛੱਡਣ ਨੂੰ ਦਿਲ ਨਹੀਂ ਕਰਦਾ ਸੀ। ਸਾਨੂੰ ਕਦੀ ਤਾਂ ਮੇਅਰ ਕਹਿੰਦਾ ਸੀ, ਮੇਰੇ ਦੋਸਤਾਂ ਨੂੰ ਕਹਿੰਦਾ ਤੁਹਾਨੂੰ ਠੋਕ ਦਿਆਂਗੇ, ਕਦੀ ਮੰਤਰੀ ਸਾਹਿਬ ਨੇ ਸਾਡੇ ਬੰਦਿਆਂ ਦੇ ਪਰਚੇ ਕਰਾਏ। ਬੜੇ ਦੁਖੀ ਹੋ ਕੇ ਮੈਂ ਪਾਰਟੀ ਨੂੰ ਛੱਡਿਆ। ਮੇਅਰ ਤੋਂ ਦੁਖੀ ਹੋ ਕੇ ਜਾਂ ਸੋਮ ਪ੍ਰਕਾਸ਼ ਤੋਂ ਜਾਂ ਭਾਜਪਾ ਤੋਂ ਦੁਖੀ ਹੋ ਕੇ, ਕਿਹਨਾਂ ਤੋਂ ਦੁਖੀ ਹੋ ਕੇ ਪਾਰਟੀ ਛੱਡੀ? ਤੁਸੀਂ ਕਹਿੰਦੇ ਹੋ ਕਿ ਦੁਖੀ ਹੋ ਕੇ ਸਾਨੂੰ ਛੱਡਣਾ? ਇਹਨਾਂ ਨੇ ਅਸੀਂ 4 ਸਾਲ ਤੋਂ ਪਾਰਟੀ ਸਾਨੂੰ ਨਹੀਂ ਪੁੱਛ ਰਹੀ ਸੀ। ਸੋਮ ਪ੍ਰਕਾਸ਼ ਜੀ ਦਾ ਜੋ ਮਕਸਦ ਆ ਕਿ ਠੋਕੋ ਅਤੇ ਰਾਜ ਕਰੋ। ਹਲਕਾ ਫਗਵਾੜਾ ਦੇ ਵਿੱਚ ਜ਼ਿਮਨੀ ਚੋਣਾਂ ਦਾ ਮਾਹੌਲ ਬੜਾ ਗਰਮਾਇਆ ਹੋਇਆ ਹੈ। ਅੱਜ ਕਾਂਗਰਸ ਨੂੰ ਬੜਾ ਵੱਡਾ ਮੱਲ ਮਿਲਿਆ, ਜਦੋਂ ਭਾਜਪਾ ਦੇ ਮੌਜੂਦਾ 3 ਕੌਂਸਲਰ ਜਿਹੜੇ ਕਿ ਕਾਂਗਰਸ ਨੂੰ ਜੁਆਇਨ ਕੀਤਾ, ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜੇ ਭਾਜਪਾ ਦੇ ਵਿੱਚ, ਚਾਹੇ ਸੋਮ ਪ੍ਰਕਾਸ਼ ਦੀ ਗੱਲ ਕਰ ਲਈਏ, ਚਾਹੇ ਵਿਜੇ ਸਾਂਪਲਾ ਦੀ ਗੱਲ ਕਰ ਲਈਏ, ਉਹਨਾਂ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਰਹੇ ਆ। ਓਮ ਪ੍ਰਕਾਸ਼, ਬਿੱਟੂ ਜੀ, ਵਿੱਕੀ ਸੂਦ ਜੀ, ਜਿਨ੍ਹਾਂ ਨੇ ਅੱਜ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਨੂੰ ਜੁਆਇਨ ਕੀਤਾ ਆ। ਸਰ, ਕੀ ਕਾਰਨ ਰਿਹਾ ਜਿਹੜਾ ਤੁਸੀਂ ਇੰਨੇ ਸਾਲਾਂ ਤੋਂ ਭਾਜਪਾ ਦੇ ਵਿੱਚ ਰਹੇ, ਇਲੈਕਸ਼ਨ ਵੀ ਲੜੀ, ਜਿੱਤ ਵੀ ਪ੍ਰਾਪਤ ਕੀਤੀ, ਸੋਮ ਪ੍ਰਕਾਸ਼ ਜੀ, ਵਿਜੇ ਸਾਂਪਲਾ ਜੀ ਦੇ ਕਾਫੀ ਕਰੀਬੀ ਰਹੇ ਹੋ, ਫਿਰ ਵੀ ਤੁਹਾਨੂੰ ਇਹ ਜਿਹੜੀ ਕਿ ਭਾਜਪਾ ਛੱਡ ਕੇ ਕਾਂਗਰਸ ਵਿੱਚ ਆਉਣਾ ਪਿਆ? ਸਾਨੂੰ ਬੜੀ ਅਸੀਂ ਸੋਚਣ ਤੋਂ ਬਾਅਦ ਇਹ ਕੀਤਾ, ਸਾਡੇ ਜਿਹੜੇ ਡਿਵੈਲਪਮੈਂਟ ਦੇ ਕੰਮ ਆ ਸ਼ਹਿਰ ਦੇ ਜਾਂ ਸਾਡੇ ਵਾਰਡ ਦੇ ਤਕਰੀਬਨ 4 ਸਾਲ ਤੋਂ ਬੰਦ ਪਏ ਆ। ਅਸੀਂ ਵਾਰ ਵਾਰ ਇਹਨਾਂ ਨੂੰ ਮੇਅਰ ਸਾਹਿਬ ਨੂੰ ਬੇਨਤੀ ਕਰਦੇ ਹਾਂ, ਕਿਤੇ ਕਰਦੇ ਹਾਂ, ਇਹਨੇ ਸਾਡੇ ਕੋਈ ਵੀ ਕੰਮ ਨਹੀਂ ਕਰਵਾਇਆ। ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ, ਲੋਕਾਂ ਨੇ ਸਾਨੂੰ ਕਿਸੇ ਆਸ ਨਾਲ ਚੁਣਿਆ। ਜੇ ਅਸੀਂ ਉਹਨਾਂ ਦੇ ਕਿਸੇ ਕੰਮ ਇੱਕ ਲਾਈਟ ਤੱਕ ਜਾਂ ਕੋਈ ਨੋਰਮਲ ਕੰਮ ਨਹੀਂ ਕਰਵਾ ਸਕਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੋਈ ਪਾਰਟੀ 'ਚ ਰਹਿਣ ਦਾ ਕੋਈ ਫਾਇਦਾ ਸੀ। ਬੰਦਾ ਕੋਈ ਸੋਚਦਾ, ਸਾਨੂੰ ਲੱਗਾ ਵੀ ਜਿਹੜੀ ਹੁਣ ਕਾਂਗਰਸ ਦੀ ਜਿਹੜੀ ਆ ਮੰਤਰੀ ਸਾਹਿਬ ਇੱਥੇ ਆਏ ਆ, ਸੁੰਦਰ ਸ਼ਾਮ ਅਰੋੜਾ ਜੀ, ਇਹਨਾਂ ਦਾ ਕੰਮ ਕਰਨ ਦਾ ਤਰੀਕਾ ਦੇਖ ਕੇ ਅਸੀਂ ਇਹਨਾਂ ਤੋਂ ਪ੍ਰਭਾਵਿਤ ਹੋਏ ਹਾਂ। ਸਾਨੂੰ ਹੁਣ ਆਸ ਇੱਕ ਵੱਜੀ ਇਹਨਾਂ 'ਤੇ, ਸਾਨੂੰ ਲੱਗਾ ਵੀ ਜਿਹੜੀ ਸ਼ਹਿਰ ਦੀ ਡਿਵੈਲਪਮੈਂਟ ਆ ਹੁਣ ਉਹ ਜਲਦੇ ਕੰਮ ਸ਼ੁਰੂ ਹੋ ਜਾਣਗੇ। ਪਹਿਲਾਂ ਬੀਜੇ ਸਾਂਪਲਾ ਜੀ ਇੱਥੋਂ MP ਰਹੇ ਆ, ਪੰਜਾਬ ਦੇ ਪ੍ਰਧਾਨ ਵੀ ਰਹੇ ਆ, ਕੈਬਨਿਟ ਮਿਨਿਸਟਰ ਵੀ ਰਹੇ ਆ, MLA ਸੋਮ ਪ੍ਰਕਾਸ਼ ਰਹੇ, ਫਿਰ ਉਹ MP ਬਣ ਗਏ, ਫਿਰ ਤੁਹਾਡੇ ਭਾਜਪਾ ਦੇ ਮੇਅਰ ਵੀ ਰਹੇ, ਫਿਰ ਵੀ ਵਿਕਾਸ ਕਿਉਂ ਨਹੀਂ ਕਰਾ ਸਕੇ? ਤੁਸੀਂ ਖੁਦ ਭਾਜਪਾ ਦੇ ਵਿੱਚ ਸੀਗੇ, ਮੇਅਰ ਵੀ ਤੁਹਾਡਾ, ਲੀਡਰਸ਼ਿਪ ਸਮੁੱਚੀ ਤੁਹਾਡੀ? ਇਹ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੀ ਆ ਵੀ ਮੇਅਰ ਸਾਹਿਬ ਦਾ ਕੀ ਹਾਲ ਆ ਜੀ। ਉਹਨਾਂ ਦੇ ਆਪਣੇ ਵਾਰਡ ਦੀ ਲਾਈਟ ਖਰਾਬ, ਉਹਦੇ ਇੰਟਰਸਟ ਨਹੀਂ ਲੈਂਦੇ ਸਹੀ ਕਰਾਉਣ ਲਈ। ਸਾਡੇ ਸ਼ਹਿਰ ਦਾ ਵਾਰਡ ਦਾ ਕੀ ਡਿਵੈਲਪਮੈਂਟ ਕਰਾਉਣੀ ਆ ਜੀ? ਅਸੀਂ ਬੜੇ ਮੰਨ ਲਓ ਸੋਚ ਕੇ ਦੇਖਿਆ ਵੀ ਸਾਨੂੰ ਇਹਦੇ ਵਿੱਚ ਲੱਗਦਾ ਨਹੀਂ ਹੈ ਸਾਡਾ ਕੰਮ ਕਰਵਾਉਣਗੇ। ਅਸੀਂ ਲੋਕਾਂ ਨੂੰ ਜਵਾਬ ਦੇ ਹਾਂ, ਵਾਰਡ ਦੇ ਲੋਕਾਂ ਨੂੰ ਜਿਹਨੇ ਸਾਨੂੰ ਜਿਤਾਇਆ, ਵਾਰਡ ਦਾ ਕੰਮ ਅਸੀਂ ਕਰਵਾਉਣਾ ਆ। ਸਾਨੂੰ ਪਹਿਲੇ ਵੀ ਦੱਸਿਆ, ਹੁਣ ਸਾਨੂੰ ਮੰਤਰੀ ਸਾਹਿਬ ਤੋਂ ਆਸ ਹੋਈ ਆ, ਦੇਖਣ ਦੇ ਤਰੀਕੇ ਤੋਂ ਸਾਨੂੰ ਲੱਗਾ ਵੀ ਜਿਹੜੇ ਸਾਡੇ ਕੰਮ ਆ ਰੁਕੇ ਹੋਏ ਉਹ ਪਹਿਲ ਦੇ ਆਧਾਰ 'ਤੇ ਕੰਮ ਚੱਲਣਗੇ ਜੀ। ਕੀ ਮਸਲਾ ਬਣਿਆ, ਕਿਉਂਕਿ ਤੁਸੀਂ ਸੋਮ ਪ੍ਰਕਾਸ਼ ਦੇ ਕਾਫੀ ਨਜ਼ਦੀਕੀ ਸੀਗੇ ਅਤੇ ਹੁਣ ਇਲੈਕਸ਼ਨ ਵੀ ਆ ਗਈ, ਜਦੋਂ ਤੁਸੀਂ ਸੋਮ ਪ੍ਰਕਾਸ਼ ਜਾਂ ਭਾਜਪਾ ਤੋਂ ਦੂਰੀਆਂ ਤੁਹਾਡੀਆਂ ਬਣੀਆਂ ਸ਼ੁਰੂ ਹੋ ਗਈਆਂ, ਤੁਹਾਡੇ ਨਾਲ ਇੱਕ ਤੀਜਾ ਸਾਥੀ ਵੀ ਸੀ, ਗੁਰਦੀਪ ਦੀਪਾ, ਉਹ ਕਿਉਂ ਨਹੀਂ ਤੁਹਾਡੇ ਨਾਲ ਸ਼ਾਮਿਲ ਹੋਇਆ? ਜਾਂ ਕੋਈ ਵਿਚਲਾ ਰਾਜ ਆ ਜਿਹੜਾ ਅੱਜ ਉਹ ਇਕੱਲਾ ਘਰ ਬੈਠਾ ਤੁਸੀਂ ਕਾਂਗਰਸ ਵਿੱਚ ਆ ਗਏ? ਨਹੀਂ, ਕੋਈ ਰਾਜ ਨਹੀਂ। ਇਹ ਤਾਂ ਹਰ ਇੱਕ ਬੰਦੇ ਦਾ ਆਪਣਾ ਰਾਈਟ ਆ ਸੋਚਣ ਦਾ, ਉਹਨੂੰ ਆਪਣੇ ਵਾਰਡ ਦਾ ਸੋਚਣ ਦਾ ਜਾਂ ਉਹਦੇ ਬਾਰੇ ਸੋਚਣ ਦਾ। ਸਾਨੂੰ ਲੱਗਾ ਵੀ ਸਾਨੂੰ ਹੁਣ ਜਿਹੜੀ ਆ ਪਾਰਟੀ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ, ਕਿਉਂਕਿ 4 ਸਾਲ ਹੋ ਗਏ ਸਾਨੂੰ ਇਗਨੋਰ ਕਰਦਿਆਂ ਨੂੰ। ਸਾਨੂੰ ਕਿਤੇ ਕੋਈ ਪਾਰਟੀ ਦੇ ਪ੍ਰੋਗਰਾਮਾਂ 'ਚ ਨਹੀਂ ਬੁਲਾਇਆ ਜਾਂਦਾ। ਜੋ ਇਹਨਾਂ ਦੇ MCA ਲਿਸਟ ਵੀ ਬਣਾਈ ਆ, ਉਹ 'ਚੋਂ ਵੀ ਸਾਡਾ ਨਾਂ ਕੱਟਿਆ ਗਿਆ ਆ। ਮਤਲਬ ਇਹ ਆਪਣੇ ਨਵੇਂ ਬੰਦੇ ਤਿਆਰ ਕਰਦੇ ਆ, ਜਿਹੜੇ ਕਿ ਪਾਰਟੀਆਂ ਦੇ ਐਂਟੀ ਚੱਲਦੇ ਆ, ਉਹਨਾਂ ਦੇ ਇਹ ਮੂਹਰੇ ਕਰਦੇ ਆ, ਸਾਡੇ ਵਾਰਡਾਂ 'ਚ ਆਉਂਦੇ ਆ, ਸਾਨੂੰ ਪੁੱਛਦੇ ਨਹੀਂ। ਜਿਹੜੇ ਕੋਈ ਸਾਡੇ ਉੱਤੇ ਇਲੈਕਸ਼ਨ ਲੜੇ ਹਰੇ ਬੰਦੇ ਆ, ਉਹਨਾਂ ਨੂੰ ਮੂਹਰੇ ਕਰਦੇ ਆ, ਜੋ ਕਿਸੇ ਪਾਰਟੀ ਦੇ ਵੀ ਹੋਣ। ਕਿਸੂ ਜੀ, ਤੁਸੀਂ ਵੀ ਕਾਫੀ ਵੱਡੀ ਵੋਟ ਨਾਲ ਕੌਂਸਲਰ ਬਣੇ ਸੀ ਅਤੇ ਭਾਜਪਾ ਦਾ ਪ੍ਰਚਾਰ ਵੀ ਕਰਦੇ ਸੀ, ਗਲੀਆਂ ਦੇ ਵਿੱਚ ਜਾਂਦੇ ਸੀ, ਲੋਕਾਂ ਨੂੰ ਵੀ ਕਹਿੰਦੇ ਸੀ ਕਿ ਕਮਲ ਦੇ ਫੁੱਲ 'ਤੇ ਵੋਟ ਪਾ ਕੇ ਕਾਮਯਾਬ ਬਣਾਓ। ਅੱਜ ਉਹੀ ਵਿੱਕੀ ਸੂਦ ਆ ਅਤੇ ਭਾਜਪਾ ਦੀ ਕੇਂਦਰ 'ਚ ਸਰਕਾਰ ਆ, ਪਰ ਵਿੱਕੀ ਸੂਦ ਅੱਜ ਕਾਂਗਰਸ ਦੇ ਵਿੱਚ ਸ਼ਾਮਿਲ ਆ, ਕੀ ਕਾਰਨ? ਬੜੇ ਦੁਖੀ ਹੋ ਕੇ ਮੈਂ ਪਾਰਟੀ ਨੂੰ ਛੱਡਿਆ, ਛੱਡਣ ਨੂੰ ਦਿਲ ਨਹੀਂ ਕਰਦਾ ਸੀ। ਪਹਿਲਾਂ ਮੈਂ ਆਲਰੇਡੀ ਕਾਂਗਰਸ ਸੀਗਾ, ਕਾਂਗਰਸ ਦੁਆਰਾ ਤਾਂ ਮੇਰਾ ਆਉਣਾ ਉਹੀ ਗੱਲ ਸੀ ਕਿ ਜਿਹੜਾ ਮੈਂ ਸੇਵਾ ਭਾਵ ਲੈ ਕੇ, ਆਪਣਾ ਮਿਸ਼ਨ ਹੈ ਮੇਰਾ ਇੱਕ ਕਿ ਮੈਂ ਸੇਵਾ ਹੀ ਮੇਰਾ ਕਰਮ ਹੈ, ਇਹਨੂੰ ਸੋਚ ਕੇ ਮੈਂ ਅੱਗੇ ਚੱਲਦਾ, ਸਵੇਰੇ ਉੱਠਦਾ,
ਮੈਨੂੰ ਨਹੀਂ ਮਤਲਬ ਕੀ ਕਰਨਾ ਕੀ ਨਹੀਂ, ਸੇਵਾ ਛੋਟੋ ਮੇਰਾ ਕੋਈ ਲੈਣ ਦੇਣ ਨਹੀਂ। ਮੇਰੀ ਸੇਵਾ ਦੇ ਵਿੱਚ ਰੁਕਾਵਟ ਬਹੁਤ ਬੜੀ ਆ ਰਹੀ ਸੀ। ਸਾਨੂੰ ਕਦੀ ਤਾਂ ਮੇਅਰ ਕਹਿੰਦਾ ਸੀ, ਮੇਰੇ ਦੋਸਤਾਂ ਨੂੰ ਕਹਿੰਦਾ ਤੁਹਾਨੂੰ ਠੋਕ ਦਿਆਂਗੇ, ਕਦੀ ਮੰਤਰੀ ਸਾਹਿਬ ਨੇ ਸਾਡੇ ਬੰਦਿਆਂ ਦੇ ਪਰਚੇ ਕਰਾਏ। ਬੜੇ ਦੁਖੀ ਹੋ ਕੇ ਮੈਂ ਪਾਰਟੀ ਨੂੰ ਛੱਡਿਆ, ਕਿਉਂਕਿ ਇਹਨਾਂ ਦੀਆਂ ਨੀਤੀਆਂ ਬਿਲਕੁਲ ਨਹੀਂ ਠੀਕ। ਕਰਪਸ਼ਨ ਇੰਨੀ ਕੁ ਜ਼ਿਆਦਾ ਸਾਡੇ ਮੇਅਰ ਨੇ ਕੀਤੀ ਸੀ ਕਿ ਮੈਂ ਦੱਸ ਨਹੀਂ ਸਕਦਾ। ਲੋਕ ਸਾਨੂੰ ਕਹਿੰਦੇ ਯਾਰ ਤੁਹਾਡਾ ਮੇਅਰ ਇੱਦਾਂ ਕਰਦਾ, ਤੁਹਾਡਾ ਮੇਅਰ ਗੱਲਾਂ ਨਹੀਂ ਸੁਣ ਕਰਕੇ ਇੰਨਾ ਕਰਕੇ। ਮੇਰਾ ਸ਼ਾਮ ਸਿੰਘ ਅਰੋੜਾ ਜੀ ਨਾਲ ਪਿਆਰ ਬਹੁਤ ਸੀ, ਕੈਬਨਿਟ ਮੰਤਰੀ ਨਾਲ। ਉਹਨਾਂ ਦਾ ਕੰਮ ਕਰਨ ਦਾ ਸਟਾਈਲ ਹੈ ਜਿਹੜਾ ਮੈਂ ਬਿਲਕੁਲ ਮੇਰੇ ਨਾਲ ਮੇਲ ਕਰਦਾ ਹੈ। ਮੈਂ ਉਹਨਾਂ ਦੇ ਨਾਲ ਹੀ ਰਹਿ ਕੇ ਕੰਮ ਕਰਨਾ ਚਾਹੁੰਦਾ ਕਿ ਮੇਰੇ ਜਿੰਨੀ ਜ਼ਿੰਦਗੀ ਬਚੀ ਹੈ ਮੈਂ ਲੋਕਾਂ ਦੀ ਸੇਵਾ ਕਰ ਸਕਾਂ। ਮੈਨੂੰ ਹੋਰ ਕੋਈ ਵੀ ਮਤਲਬ ਇੱਛਾ ਨਹੀਂ ਹੈ ਸਵਾਇ ਸੇਵਾ ਦੇ। ਇਸ ਤੁਸੀਂ ਮੇਅਰ ਤੋਂ ਦੁਖੀ ਹੋ ਕੇ ਜਾਂ ਸੋਮ ਪ੍ਰਕਾਸ਼ ਤੋਂ ਜਾਂ ਭਾਜਪਾ ਤੋਂ ਦੁਖੀ ਹੋ ਕੇ ਕਿਹਨਾਂ ਤੋਂ ਦੁਖੀ ਹੋ ਕੇ ਪਾਰਟੀ ਛੱਡੀ? ਤੁਸੀਂ ਕਹਿੰਦੇ ਹੋ ਕਿ ਦੁਖੀ ਹੋ ਕੇ ਸਾਨੂੰ ਛੱਡਣਾ। ਅਸੀਂ 4 ਸਾਲ ਤੋਂ ਪਾਰਟੀ ਸਾਨੂੰ ਨਹੀਂ ਪੁੱਛ ਰਹੀ ਸੀ। ਸੋਮ ਪ੍ਰਕਾਸ਼ ਜੀ ਦਾ ਜੋ ਮਕਸਦ ਆਇਆ ਕਿ ਠੋਕੋ ਅਤੇ ਰਾਜ ਕਰੋ, ਅਸੀਂ ਲੋਕ ਹਾਂ, ਅਸੀਂ ਸੇਵਾ ਕਰਨੀ ਹੈ, ਸਾਨੂੰ ਤਾਂ ਸੇਵਾ ਨਾਲ ਮਤਲਬ ਹੈ। ਅਸੀਂ ਉੱਧਰ ਨਹੀਂ ਕਰ ਪਾਏ, ਇੱਧਰ ਆ ਕੇ ਕਰ ਦੇਵਾਂਗੇ, ਇੱਧਰ ਨਹੀਂ ਆਉ। ਸਾਨੂੰ ਸੇਵਾ ਦਾ ਲੱਗਣਾ, ਹੋਰ ਸਾਨੂੰ ਕੁਛ ਨਹੀਂ, ਕੋਈ ਲਾਲਚ ਨਹੀਂ, ਕੋਈ ਸਾਨੂੰ ਅਹੁਦਾ ਨਹੀਂ ਚਾਹੀਦਾ, ਸਾਨੂੰ ਕੁਛ ਨਹੀਂ ਚਾਹੀਦਾ। ਮੈਂ ਤਾਂ ਫੋਟੋ ਕਰਾ ਕੇ ਵੀ ਨਹੀਂ ਖੁਸ਼ ਹੈਗਾ ਕਿ ਮੈਂ ਆਪਣੀ ਫੋਟੋ ਕਰਾਵਾਂ, ਕਿਉਂਕਿ ਫੋਟੋ ਕਰਾਉਣ ਨਾਲ ਕੋਈ ਬੰਦਾ ਬੜਾ ਨਹੀਂ ਹੋ ਜਾਂਦਾ। ਕਰਮ ਕਰੋ, ਚੰਗੇ ਕਰਮ ਕਰੋ, ਲੋਕਾਂ ਨੂੰ ਠੱਗੋ ਨਾ, ਲੋਕਾਂ ਨੂੰ ਲੁੱਟੋ ਨਾ, ਲੋਕਾਂ ਦਾ ਕੰਮ ਕਰੋ, ਦੁੱਖ ਸੁੱਖ 'ਚ ਉਹਨਾਂ ਦੇ ਕੰਮ ਆਓ, ਇਹੀ ਮਕਸਦ ਮੇਰਾ ਹੈ। ਸੋਮ ਪ੍ਰਕਾਸ਼ ਦਾ ਮਕਸਦ ਹੈ ਠੋਕੋ ਅਤੇ ਰਾਜ ਕਰੋ, ਕਿਸ ਤਰ੍ਹਾਂ ਠੋਕਿਆ ਉਹਨਾਂ ਨੇ ਤੁਹਾਨੂੰ? ਠੋਕਿਆ ਸਾਡਾ ਹੀ ਸਾਥੀ ਜਿਹੜਾ ਗੁਰਦੀਪ ਜੀ, ਪਰ 9 ਪਰਚੇ ਉਹਦੇ 'ਤੇ ਹੋਏ ਸੀ। ਜਿੰਨੇ ਉਹਨਾਂ ਦੇ ਨਾਲ ਅੱਜ ਦੀ ਡੇਟ 'ਚ ਵੀ ਮੈਂਬਰ ਆ, ਉਹਨਾਂ ਦੇ ਕਈਆਂ ਦੇ ਪਰਚੇ ਆ, 30-35-37 ਬੰਦੇ ਆ ਮੇਰੇ ਖਿਆਲ ਜਿਹਨਾਂ ਦੇ ਪਰਚੇ ਹੋਏ ਆ। ਉਹ ਫਿਰ ਅੱਜ ਤੁਰੇ ਆ ਵਿਚਾਰੇ, ਕੀ ਕਰਨ, ਕਿਉਂਕਿ ਉਹਨਾਂ ਦਾ ਸੋਚ ਆਪਣੀ ਆਪਣੀ। ਉਹਨਾਂ ਦੇ ਪਰਚੇ ਵੀ ਹੋਏ ਆ, ਗੁਰਦੀਪ ਦੀਪ ਨੂੰ ਠੋਕਿਆ ਵੀ ਗਿਆ, ਪਰ ਉਹ ਤੁਹਾਡਾ ਸਾਥੀ ਵੀ ਆ, ਤੁਸੀਂ ਮੰਨ ਵੀ ਰਹੇ ਹੋ, ਉਹ ਅੱਜ ਇਕੱਲਾ ਘਰ ਬੈਠਾ ਤੇ ਤੁਸੀਂ ਕਾਂਗਰਸ ਜੁਆਇਨ ਕਰ, ਉਹ ਉਹਨਾਂ ਨੂੰ ਨਹੀਂ ਤੁਸੀਂ ਕਿਹਾ ਵੀ ਆਪਾਂ ਇਕੱਠੇ ਚੱਲੀਏ? ਨਹੀਂ, ਉਹਨੂੰ ਅਸੀਂ ਕਿਹਾ ਸੀਗਾ, ਉਹਦੀ ਸੋਚ ਆ, ਉਹ ਕਹਿੰਦਾ ਮੈਂ ਜਦ ਰੁਕ ਕੇ ਆਉਣਾ ਚਾਹੁੰਦਾ, ਜੇ ਮੈਂ ਬਾਅਦ 'ਚ ਆਊਂਗਾ ਮੈਂ ਥੋੜ੍ਹਾ ਜਿਹਾ ਆਪਣਾ ਮੂਡ ਠੀਕ ਕਰ ਲਵਾਂ। ਉਹ ਅਸੀਂ ਕਿਹਾ ਤੇਰੀ ਭਾਈ ਆਪਣੀ ਸੋਚ ਆ, ਸਾਡੀ ਆਪਣੀ ਸੋਚ ਆ, ਕਿਉਂਕਿ ਮੇਰੀ ਸੋਚ ਆ ਜਿਹੜੀ, ਮੇਰੀ ਸੋਚ ਵਿਕਾਸ ਹੈ, ਮੇਰੀ ਸੋਚ ਸੇਵਾ ਹੈ, ਮੈਂ ਆਪਣੀ ਸੋਚ ਲੈ ਕੇ ਚੱਲਿਆ। ਮੈਂ ਕਿਸੇ ਦੇ ਨਾਲ ਚੱਲਾਂ ਨਾ ਚੱਲਾਂ ਮੈਨੂੰ ਕੋਈ ਮਤਲਬ ਨਹੀਂ ਹੈਗਾ, ਮੇਰੇ ਨਾਲ ਕੋਈ ਚੱਲੇ ਨਾ ਚੱਲੇ, ਮੈਂ ਆਪਣੇ ਮਕਸਦ 'ਤੇ ਚੱਲਣਾ। ਮੈਂ ਸ਼ਰਤਾਂ ਵੀ ਕੋਈ ਰੱਖੀਆਂ ਗਈਆਂ ਕਾਂਗਰਸ ਸ਼ਾਮਲ ਹੋਣ ਲਈ, ਜਾਂ ਕੋਈ ਤੁਸੀਂ ਗਾਹਾਂ ਕੌਂਸਲ ਦੀ ਇਲੈਕਸ਼ਨ ਲੜੋਗੇ ਜਾਂ ਕੋਈ ਅਹੁਦਾ ਜਾਂ ਕਿਸ ਤਰ੍ਹਾਂ? ਉਹ ਟਾਈਮ ਆਏ ਤਾਂ ਪਤਾ ਲੱਗੂਗਾ, ਲੜਨਾ ਨਹੀਂ ਲੜਨਾ ਉਹ ਬਾਅਦ ਦੀ ਗੱਲ ਆ, ਕਿਉਂਕਿ ਮੈਂ 3 ਇਲੈਕਸ਼ਨ ਲੜ ਚੁੱਕਾ ਅਤੇ ਉਸ ਤੋਂ ਬਾਅਦ ਵੀ ਦੇਖੋ ਮੇਰਾ ਬਿਜ਼ਨਸ ਨੂੰ ਵੀ ਥੋੜ੍ਹਾ ਜਿਹਾ ਲੋਸ ਹੈ, ਲੇਕਿਨ ਫਿਰ ਵੀ ਪਾਰਟੀ ਅਗਰ ਮੈਨੂੰ ਕਹੂਗੀ ਲੜ ਤਾਂ ਮੈਂ ਜ਼ਰੂਰ ਲੜੂੰਗਾ। ਜੇ ਕਾਂਗਰਸ ਲਈ ਕਿੰਨੀ ਕੁ ਮਿਹਨਤ ਕਰਨ ਜਾ ਰਹੇ ਹੋ ਜਿਹੜੀ 21 ਤਰੀਕ ਨੂੰ ਚੋਣ ਹੋਣ ਜਾ ਰਹੀ ਹੈ? ਮੇਰੇ ਵਰਗੇ ਵਿਅਕਤੀ ਨੂੰ ਮਿਹਨਤ ਕਰਨ ਦੀ ਜ਼ਰੂਰਤ ਨਹੀਂ, ਮੈਂ ਤਾਂ ਮੇਰਾ ਇੰਨਾ ਪਿਆਰ ਆ ਫੁਆੜ ਦੇ ਵਿੱਚ, ਇੰਨਾ ਮੇਰੇ ਰਿਲੇਸ਼ਨ ਆ, ਇੱਕ ਵਾਰ ਮੈਂ ਜਿਹਨੂੰ ਕਹਿਤਾ ਕਿ ਭਾਈ ਮੈਂ ਕਾਂਗਰਸ ਵੱਲ ਖੜਾ ਤੂੰ ਦੇਖ ਲਾ, ਤਾਂ ਇਸ ਤੋਂ ਬਾਅਦ ਮੈਨੂੰ ਮਿਹਨਤ ਕਰਨ ਦੀ ਲੋੜ ਨਹੀਂ, ਅਤੇ ਆਪਣੇ ਆਪ ਪਾਰਟੀ ਨੂੰ ਵੋਟ ਪਾਊਗੀ ਔਰ ਪਾਰਟੀ ਦੇ ਨਾਲ ਲੋਕ ਚੱਲਣਗੇ। ਇਹ ਸਨ ਭਾਜਪਾ ਦੇ ਕੌਂਸਲਰ ਵਿੱਕੀ ਸੂ, ਜਿਨ੍ਹਾਂ ਨੇ ਅੱਜ ਕਾਂਗਰਸ ਜੁਆਇਨ ਕੀਤੀ ਆ, ਬੜੇ ਕੌਨਫੀਡੈਂਟ ਦੇ ਵਿੱਚ ਆ। ਇਹਨਾਂ ਦਾ ਮੰਨਣਾ ਹੈ ਕਿ ਜੇਕਰ ਆਪਣੇ ਜਿਹਨਾਂ ਨੂੰ ਪਿਆਰ ਕਰਦੇ ਆ, ਜਿਹੜੇ ਇਹਨਾਂ ਦੇ ਸਪੋਰਟਰ ਆ, ਜਦੋਂ ਇੱਕ ਵਾਰ ਵੀ ਕਹਿ ਦੇਣਗੇ ਕਿ ਕਾਂਗਰਸ ਨੂੰ ਵੋਟਾਂ ਪਾਓ ਤਾਂ ਤਗੜੇ ਹੋ ਕੇ ਵੋਟਾਂ ਪਾ ਕੇ ਕਾਂਗਰਸ ਨੂੰ ਜਿਤਾਉਣਗੇ। ਅਤੇ ਬੜੇ ਦੁਖੀ ਹੋਏ ਆ, ਕਹਿ ਰਿਹਾ ਕਿ ਭਾਜਪਾ ਤੋਂ, ਸੋਮ ਪ੍ਰਕਾਸ਼ ਤੋਂ, ਮੇਅਰ ਸਾਹਿਬ ਤੋਂ, ਜਿਹੜੇ ਕਿ ਇਹਨਾਂ ਨੇ ਨੀਤੀਆਂ ਤੋਂ ਤੰਗ ਆ ਕੇ ਅੱਜ ਕਾਂਗਰਸ ਜੁਆਇਨ ਕੀਤੀ ਆ। ਪਰ ਹੁਣ ਆਉਣ ਵਾਲੇ ਸਮੇਂ ਵਿੱਚ ਪਤਾ ਚੱਲੇਗਾ ਕਿ ਇਹ ਕਿੰਨੀ ਕੁ ਮਿਹਨਤ ਕਰਕੇ ਕਾਂਗਰਸ ਨੂੰ ਕਿੰਨੀ ਕੁ ਆਪਣੇ ਵਾਰਡ ਦੇ ਵਿੱਚੋਂ ਲੀਡ ਦਵਾ ਸਕਦੇ ਆ। ਕੈਮਰਾਮੈਨ ਜੱਸੀ ਸੈਣੀ ਦੇ ਨਾਲ ਹਰਦੀਪ ਸਿੰਘ ਧੱਗੜ, ਸਾਂਝ ਟੀਵੀ, ਫਗਵਾੜਾ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।